ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਹੋ ਸਾਰੇ? ਠੀਕ ਠਾਕ ਹੋ? ਤੇ ਅੱਜ ਦਾ ਜਿਹੜਾ ਬਲੌਗ ਆ ਆਪਣੇ ਰਾਣੇ ਭਰਾ ਦੇ ਵਿਆਹ ਤੇ ਚੱਲੇ ਆ। ਰਾਣਾ ਭਰਾ ਪਰ ਨਾਲ ਹੀ ਬੈਠਾ ਆਪਣੇ, ਤੇ ਆਪਣੀ ਭੈਣ ਦਾ ਵਿਆਹ, ਆਪਣੀ ਭੈਣ ਦਾ ਵਿਆਹ ਆ ਜੀ, ਤੇ ਫਗਵਾੜੇ ਨੂੰ ਚੱਲੇ ਸੀਗੇ ਬਲੌਗ ਆਪਣਾ। ਤੇ ਆ ਪਹਿਲਾਂ ਲੁੱਕ ਚੈੱਕ ਕਰੋ, ਬਾਹਰ ਖੜ ਕੇ ਤੁਹਾਨੂੰ ਦਿਖਾਵਾਂਗੇ। ਰਾਣੇ ਨੇ ਬਸ ਵਾਲ ਹੀ ਨੀ ਵਾਹੇ ਹੈਗੇ, ਬਾਕੀ ਰਾਣਾ ਓਕੇ ਰਿਪੋਰਟ ਆ, ਬਿਨਾਂ ਨਹਾਤੇ ਹੀ ਆਇਆ। ਤੇ ਉਹ ਦੇਖੋ ਜੁਰਾ ਰੰਧਾਵਾ ਪੈਂਦੀ ਆ ਵਿਆਹ, ਐਂਡ ਗੱਲਬਾਤ ਹੈ ਪੂਰੀ। ਤੇ ਆਪਾਂ ਹੁਣ ਰਾਣੇ ਕਿਹਨੂੰ ਚੱਕਣਾ? ਅੱਜ ਆਪਣੀ ਭੈਣ ਦਾ ਵਿਆਹ ਜੀ, ਤੇ ਫਗਵਾੜੇ ਤੁਹਾਨੂੰ ਦਿਖਾਉਂਦੇ ਆ ਕੀ ਮਾਹੌਲ ਆ। ਆਪਣਾ ਭਰਾ ਕਪਤਾਨ, ਬਹੁਤ ਵਧਾਈਆਂ ਤੇ ਬਹੁਤ ਬਹੁਤ ਮੁਬਾਰਕਾਂ। ਤੇ ਬਸ ਛੇਤੀ ਪੁੱਜਦੇ ਆ ਉੱਥੇ, ਉੱਥੇ ਜਾ ਕੇ ਮਿਲਦੇ ਆ ਜੀ ਹੁਣ। ਚੰਗਾ ਬੜਾ ਚੋਰ ਚ ਆ ਗਏ। ਇਹ ਸਾਰੇ ਸੁਨਿਆਰੇ ਬਸ ਆਹੀ ਦੇਖਦੇ ਰਹਿੰਦੇ ਆ ਕਿ ਨਕਲੀ ਆ ਕਿ ਅਸਲੀ ਆ। ਰਾਣੇ ਇੱਥੇ ਕਟਾਉਣਾ ਉਹਨਾਂ ਵਾਲ ਪੱਕੇ ਲਾ ਕੇ ਲੈ ਜਾਣੀ ਨਾ ਤੇਰੀ ਚੈਨੀ ਚੁੰਨੀ। ਰੰਧਾਵਾ ਜੀ ਬੂਟ ਪਾਲਿਸ਼ ਕਰਾਉਂਦੇ ਹੋਏ ਬਲਾ ਚੋਰ ਤੋਂ ਜੀਤ ਆ ਗਿਆ ਸੀ। ਜੋਰਾ ਰੰਧਾਵਾ ਚੈੱਕ ਕਰੋ ਕਿੱਥੇ ਕਢਾਇਆ ਮੈਂ ਚੋ, ਇੱਕ ਪੈਰ ਬੂਟ ਹੈ ਨਹੀਂ ਉਹਦੇ, ਆਹ ਚੱਕ ਪੈਰ ਚੋ ਟਲਦਾ ਆ ਚੱਕ। ਪੂਰੀ ਟੋਰ ਪੈਂਦੀ ਆ ਚੈੱਕ ਕਰ ਇਹਨੂੰ। ਪੇਸ਼ ਹੈ ਸਾਡੇ ਗੰਜਾ ਜੀ, ਵਿਆਹ ਤੇ ਪਹੁੰਚ ਗਏ ਆ, ਪਹੁੰਚ ਗਏ ਯਾਰ ਕਿੱਧਰ ਹੋਣਾ? ਹਾਂ ਠੀਕ ਆ ਰਾਮੇ ਰਾਣੇ ਪਹੁੰਚ ਗਏ। ਬਿੱਲਾ ਖੂਨੀ ਮਾਜਰਾ, ਇਹ ਬਿੱਲਾ ਲਿਵਾਜਰਾ, ਤਾਲੀਆਂ ਹੋਣੀਆਂ ਚਾਹੀਦਾ। ਇਹ ਅਸਲੀ ਬਿੱਲਾ ਜੀ, ਇਹ ਅਸਲੀ ਬਿੱਲਾ ਭਾਜੀ ਨੇ, ਇਹ ਅਸਲੀ ਬਿੱਲਾ ਨੇ, ਇਹ ਕਾਪੀ ਆ। ਬਹੁਤ ਘੈਂਟ ਭਰਾ ਹੈ ਆਪਣਾ। ਨਹੀਂ ਮੈਂ ਤਾਂ ਵੱਜੂ ਕਾਸੇ ਚ। ਤੇ ਤੁਸੀਂ ਰਾਣਾ ਜੀ ਕਿੱਥੇ ਪੈਣਾ ਫਿਰ? ਹਾਂਜੀ ਲੱਭ ਲਓ ਤੁਸੀਂ ਵੀ ਜਗ੍ਹਾ ਜੁਗਾ। ਰਾਣੀ ਨੂੰ ਸਵੇਰੇ ਸਵੇਰੇ ਕਿਹਾ ਰਾਣੇ ਅੱਜ ਵਲੌਗ ਬਣਨਾ ਹੈ, ਕਹਿੰਦਾ ਵਲੌਗ ਮੇਰੇ ਤੇ ਹੀ ਬਣਨਾ ਚਾਹੀਦਾ, ਕਹਿੰਦਾ ਅੱਜ ਟਾਈਟਲ ਤੇ ਕੀ ਲਿਖਣਾ? ਰਾਣਾ ਬਲਾ ਚੋਰ। ਤੁਸੀਂ ਉੱਠੇ ਆਏ ਕੁਛ? ਖਾ ਲਓ ਮੁੜ ਕੇ ਪਤਾ ਨਹੀਂ ਲੱਗਣਾ ਕਦੋਂ ਹੀ ਘਰੇ ਨਿਕਲ ਗਈ, ਸਾਲੇ ਐਨਕਾਂ ਲਾ ਕੇ ਲੱਗੇ ਖਾਣ। ਚਲ ਖਾ ਲਾ ਫਿਰ ਇੱਧਰ ਵੀ ਪਾ ਦਿਓ ਬਾਈ, ਭੁੱਖ ਬਾਹਲੀ ਲੱਗੀ ਆ। ਵਿਆਹ ਚੱਲੀ ਜਾਂਦਾ ਤੇ ਵਿਆਹ ਦੇ ਵਿੱਚ ਕੰਮ ਪਈ ਜਾਂਦੇ ਆਪਾਂ ਨੂੰ, ਬਾਹਰ ਘੁੰਮਣ ਫਿਰਨ ਦੇ। ਆਹ ਚੈੱਕ ਕਰੋ ਬੰਦਾ, ਫਿਰ ਜੋਰਾ ਰੰਧਾਵਾ ਜਿਹੜਾ ਆਪਣਾ ਬਾਹਰ ਨਿਕਲਿਆ ਹੋਇਆ, ਅੱਜ ਇਹ ਪੈਂਚਰ ਲਵਾਉਣ ਲੱਗਾ। ਪੈਂਚਰ ਕਿਹੜੀ ਚੀਜ਼ ਨੂੰ ਲਵਾਉਣ ਲੱਗਾ ਇਹ ਮੈਨੂੰ ਪਤਾ, ਤੁਹਾਨੂੰ ਨਹੀਂ ਮੈਂ ਦੱਸ ਸਕਦਾ। ਤੇ ਆਪਣੇ ਵਿਆਹ ਹੈਗਾ ਆਪਣੇ ਫਗਵਾੜਾ ਰੋਡ ਤੇ, ਆਪਣੀ ਭੈਣ ਦਾ ਵਿਆਹ ਆ, ਤੇ ਕਪਤਾਨ ਵੀਰਾ ਜਿਹੜਾ ਆਪਣਾ ਉਹਦੀ ਭੈਣ ਦਾ ਵਿਆਹ ਆ, ਤੇ ਆਪਾਂ ਸਾਰੇ ਜਾਣੇ ਉੱਥੇ ਆਏ ਹੋਏ ਸੀਗੇ।
ਤੇ ਵਧੀਆ ਇੰਜੋਏ ਕਰੀ ਜਾਂਦੇ ਆ ਬਾਕੀ ਦੇਖੋ ਇੱਦਾਂ ਘੁੰਮ ਫਿਰ ਕੇ ਆਪਾਂ ਵਲੋਗ ਬਣਾ ਦੇਣਾ ਅਤੇ ਤੁਸੀਂ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਕਮੈਂਟ ਕਰ ਦੇਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਹਾਲੇ ਅੱਗੇ ਆਪਾਂ ਬਣਾਉਣਾ ਵਲੋਗ ਇਹਦਾ ਮੈਂ ਉੱਦਾਂ ਗੱਲਾਂ ਕਰਦਾ ਆ ਗਿਆ ਜੋਰਾ ਰਹਿੰਦਾ ਵਾ ਹਾਂਜੀ ਲਵਾ ਲਿਆ ਪੈਂਚਰ ਯੈਸ ਬਿੱਲਾ ਖੂਨੀ ਮਾਜਰਾ ਅਸਲੀ ਓਰਿਜਨਲ ਆ ਬਿੱਲਾ ਲੁੱਲੀ ਮਾਜਰਾ ਆ ਰਾਣਾ ਖਾਲਾ ਖਾਲਾ ਮਿੱਤਰਾ ਕੀ ਲੈਣਾ ਆ ਦੇ ਕੋਕ ਪਈ ਪਈ ਮਿੱਤਰੋ ਵਿਆਹ ਆਪਾਂ ਦੇਖ ਲਿਆ ਹੁਣ ਤਿਆਰੀ ਹੋ ਗਈ ਘਰੇ ਜਾਣ ਦੀ ਆਹ ਦੇਖੋ ਖਾ ਖਾ ਕੇ ਭੈਣ ਚੋ ਨੌਵਾਂ ਮਹੀਨਾ ਲਾ ਹੀ ਲਿਆ ਤੁਸੀਂ ਭਰਾ ਭਰੂ ਨੀ ਨਾ 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 ਜਿਹੜਾ ਤੂੰ ਅੰਦਰ ਫਰੀ ਦਾ ਪਾੜਿਆ ਨਾ ਇਹ ਭਾਈ ਮੈਂ ਪਤਾ ਕੀ ਖਾਇਆ ਕੀ ਖਾਇਆ ਮੈਂ ਖਾਏ ਆ ਮਨਚੂਰੀਅਨ ਹਾਂ ਫ੍ਰੈਂਚ ਫ੍ਰਾਈਜ਼ ਹਾਂ ਪਕੌੜੇ ਹਾਂ ਜਲੇਬੀਆਂ ਹਾਂ ਰੋਟੀ ਰਾਣਾ
ਹਾਂਜੀ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਹਾਂਜੀ ਹਵੇਲੀ ਜਾਣਦੇ ਕੌਣ ਕੌਣ? ਹਵੇਲੀ ਤੂੰ ਤਾਂ ਫਰੀਦ ਆ, ਤੂੰ ਤਾਂ ਕਹਿਣਾ ਲੈ ਜੋ ਮੇਰੇ ਹਿਸਾਬ ਨਾਲ ਤਾਂ ਘਰੇ ਚਲੀਏ। ਹਾਂਜੀ ਐਨਕਾਂ ਫੁੱਦੂ ਲੱਗ ਗਈਆਂ ਤੇ ਭਰਾ ਆਪਣਾ ਮਿਲਿਆ ਆਪਾਂ ਨੂੰ ਤੇ ਹੁਣ ਆਪਾਂ ਚਲੀਏ ਇਜਾਜ਼ਤ ਦੋ ਸਾਨੂੰ। ਕੁਛ ਭਰਾ ਬਾਲਾ ਘੈਂਟ ਬੰਦਾ ਜੀ ਆਪਣਾ ਰਾਣਾ ਭਰਾ, ਬਾਕੀ ਆਪਣਾ ਉਪਕਾਰ ਭਰਾ ਬਾਲਾ ਘੈਂਟ, ਇਹ ਤਾਂ ਘੈਂਟ ਉਪਕਾਰ ਭਰਾ ਸਰਦਾਰ ਜੀ। ਚਲੀਏ ਹੁਣ ਬਾਈ, ਹੁਣੀ ਚੱਲੇ ਨੇ, ਹੁਣ ਕਿੱਥੇ ਹਵੇਲੀ ਚੱਲੇ ਹੋ? ਨਾ ਨਾ ਮੋਹਾਲੀ, ਤੇ ਤੁਸੀਂ ਆਉਣਾ ਮੋਹਾਲੀ ਤੇ ਮਿਲਿਆ ਮੋਹਾਲੀ ਆ ਕੇ ਤੈਨੂੰ ਠੀਕ ਆ ਜਿੰਮ ਲਾਉਣੀ ਆ, ਜਿੰਮ ਨਹੀਂ ਮਿਸ ਕਰਨੀ ਬਾਈ, ਪੂਰੀ ਡਾਇਟ ਨੂੰ ਖਾ ਕੇ ਚੱਲਿਆ ਇੱਥੋਂ ਜਾ ਕੇ ਜਿੰਮ ਹੀ ਲਾਉਣਾ। ਡਾਇਟ ਕਿਹੜੀ ਖਾ ਲਈ ਆ ਵੀ ਤਾਂ ਦੱਸ ਦਿਓ। ਡਾਇਟ ਕਿਹੜੀ ਕਰਦੀ ਹੈ? ਡਾਇਟ ਬਾਈ ਫਰੂਟ ਵਗੈਰਾ ਖਾਦਾ, ਫਰੂਟ ਚਾਟ चल ठीक है बिले, ठीक है टाइगर भाई जी, ठीक है चंगा चंगा चंगा, ओके ओके लव यू टू, ओके भाई जी, ओके ओके ਸਤਿ ਸ੍ਰੀ ਅਕਾਲ ਜੀ। ਚੰਗਾ ਜੀ ਮਿੱਤਰੋ, ਹੁਣ ਅਸੀਂ ਚੱਲੇ ਆਪਣੇ ਆਪਣੇ ਘਰਾਂ ਨੂੰ। ਜੇ ਬਲੌਗ ਵਧੀਆ ਲੱਗਿਆ ਸਾਰੇ ਜਾਣੇ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਦਬਾਉਣਾ ਮਤ ਭੁੱਲ ਤੇ ਘੰਟਾ ਦੱਬ ਦਿਓ। ਠੀਕ ਆ ਰਾਣੇ, ਘੰਟਾ ਦੇ ਮਤਲਬ ਸਮਝਦਾ? ਘੰਟੇ ਦਾ ਕੀ ਦੱਸ? ਘੰਟਾ ਘੰਟਾ ਦਬਾਉਣ ਨੂੰ ਗਿਆ ਘੰਟਾ, ਇਹ ਟਨ ਟਨ ਤਾਂ ਬੜੀ ਜਗ੍ਹਾ ਆਇਆ, ਤੂੰ ਦੱਸ ਕਿਹੜਾ ਘੰਟਾ ਕਹਿੰਦਾ? ਮੈਂ ਬਸ ਦੱਸਤਾ, ਬਾਕੀ ਉਹ ਪਿੱਛੇ ਬੈਠਾ ਲੁੱਲੀ ਮਾਜਰ, ਉਹਨੂੰ ਪੁੱਛ ਲਓ ਆਹ ਘੰਟਾ ਨਹੀਂ ਹੈਗਾ। ਤੇ ਚਲੋ ਜੀ ਘੰਟਾ ਦਬਾ ਦਿਓ, ਐਂ ਕਰਕੇ ਦਬਾਉਣਾ ਪਰ ਉਦਾਂ ਵਾਲਾ ਨਹੀਂ ਦਬਾਉਣਾ। ਠੀਕ ਹੈ, ਇਹ ਤਾਂ ਇੱਦਾਂ ਵਾਲਾ ਕਹਿੰਦਾ, ਤਿੰਨ ਚਾਰ ਵਾਰੀ ਐਂ ਹਿੱਲਦਾ ਹੀ ਰਹਿਣਾ ਘੰਟਾ। ਠੀਕ ਹੈ ਬਾਈ ਜੀ, ਬਲੌਗ ਵਧੀਆ ਲੱਗਿਆ ਸਾਰੇ ਜਾਣੇ ਸ਼ੇਅਰ ਕਰਿਓ, ਕਮੈਂਟ ਕਰਿਓ, ਲਵ ਯੂ, ਸਬਸਕ੍ਰਾਈਬ ਕਰਿਓ, ਸਬਸਕ੍ਰਾਈਬ ਕਿਹਨੂੰ ਕਰਨਾ ਤੈਨੂੰ? ਠੀਕ ਹੈ ਜੀ, ਚੰਗਾ।